ਅਹ ਟੂ ਥਿਸ ਇਜ਼ ਯੂਰ ਫਰਸਟ ਯੂਕੇ ਟੂ ਜੀ ਸਾਂਝ ਜੀ ਸਾਂਝ ਸੋ ਸਾਂਝ ਬੇਸਿਕਲੀ ਇਸ ਅਬਾਊਟ ਸਾਡੇ ਪੰਜਾਬੀਆਂ ਦੇ ਵਿੱਚ ਨਾ ਇੱਕ ਬਹੁਤ ਸੋਹਣਾ ਗੁਣ ਹੁੰਦਾ ਸੀਗਾ ਉਹ ਗੁਣ ਕੀ ਸੀਗਾ ਕਿ ਅਸੀਂ ਬਗਾਨੇ ਬੰਦੇ ਵਾਸਤੇ ਜਾ ਕੇ ਵੀ ਜਾਂ ਕਿਸੇ ਹੋਰ ਫੇਥ ਦੇ ਲੋਕਾਂ ਵਾਸਤੇ ਕਿਸੇ ਹੋਰ ਰੀਜਨ ਦੇ ਲੋਕਾਂ ਵਾਸਤੇ ਜਾ ਕੇ ਵੀ ਸਿਰ ਕਟਾ ਲੈਂਦੇ ਸੀ ਪਰ ਨਾਊ ਡੇਸ ਅਸੀਂ ਆਪਣੇ ਰਿਲੇਟਿਵਸ ਲਈ ਵੀ ਕੁਝ ਕਰਕੇ ਰਾਜ਼ੀ ਨਹੀਂ ਸਾਡੇ ਅੰਦਰ ਇੰਨੀ ਨਫ਼ਰਤ ਇੰਨੀ ਈਰਖਾ ਭਰ ਚੁੱਕੀ ਆ ਕਿ ਅਸੀਂ ਆਪਣੇਆਂ ਦੀ ਤਰੱਕੀ ਨੂੰ ਦੇਖ ਕੇ ਜੈਲਸ ਫੀਲ ਕਰਦੇ ਆ ਜੇ ਕਿਸੇ ਕੋਲੋਂ ਗਲਤੀ ਹੋ ਜAVE ਤਾਂ ਅਸੀਂ ਫੇਸਬੁੱਕ ਤੇ ਜਾ ਕੇ ਉਹਨੂੰ ਪਰਸਨਲ ਮੈਸੇजेस ਦੇ ਵਿੱਚ ਤਾਂ ਚਲੋ ਛੱਡੋ ਕੀ ਕੁਝ ਭੇਜਦੇ ਆ ਉਹ ਤਾਂ ਬਾਅਦ ਦੀ ਗੱਲ ਹੈ ਪਰ ਔਨ ਹਿਸ ਵਾਲ ਅਸੀਂ ਇੰਨਾ ਕੁਝ ਗਲਤ ਪੋਸਟ ਕਰ ਦਿੰਨੇ ਆ ਕਿ ਬੰਦਾ ਮਰਨ ਤੱਕ ਪਹੁੰਚ ਜਾਂਦਾ ਸਾਡੇ ਸਟੂਰ ਦਾ ਮਕਸਦ ਇਹ ਹੈ ਕਿ ਅਸੀਂ ਉਸ ਸਾਂਝ ਨੂੰ ਦੁਬਾਰਾ ਤੋਂ ਸੁਰਜੀਤ ਕਰ ਸਕੀਏ ਜੋ ਸਾਨੂੰ ਸਾਡੇ ਪੁਰਖਿਆਂ ਨੇ ਦਿੱਤੀ ਸੀ ਉਹ ਪਿਆਰ ਜੋ ਸਾਡੀਆਂ ਰੂਹਾਂ ਦੇ ਵਿੱਚ ਹਮੇਸ਼ਾ ਸੀਗਾ ਉਸ ਪਿਆਰ ਨੂੰ ਦੁਬਾਰਾ ਲੱਭ ਸਕੀਏ ਸਾਡੇ ਅੰਦਰੋਂ ਕਿਤੇ ਗਿਆ ਨਹੀਂ ਇਟਸ ਆਲਵੇਜ਼ ਥੇਅਰ ਦ ਓਨਲੀ ਥਿੰਗ ਇਜ਼ ਕਿ ਅਸੀਂ ਉਹਦੇ ਉੱਤੇ ਅੱਜ ਦੇ ਸਮਾਜ ਦੀਆਂ ਕਈ ਚੀਜ਼ਾਂ ਲੇਅਰ ਅਪ ਕਰ ਦਿੱਤੀਆਂ ਜਦੋਂ ਇੱਕ ਛੋਟਾ ਬੱਚਾ ਹੁੰਦਾ ਇੱਥੇ ਬੜੇ ਨਿੱਕੇ ਨਿੱਕੇ ਬੱਚੇ ਆ ਉਹ ਭੈਣ ਚੀ ਲੈ ਕੇ ਬੈਠੇ ਆ ਤੁਸੀਂ ਇਹਨਾਂ ਬੱਚਿਆਂ ਕੋਲ ਜਦੋਂ ਬੈਠੋ ਤਾਂ ਇਹਨਾਂ ਦੇ ਅੰਦਰ ਜੈਲਸੀ ਨਹੀਂ ਆ ਇਹ ਪਿਆਰ ਨਾਲ ਭਰੇ ਹੋਇਆ ਜਦੋਂ ਕੋਈ ਰੂਹ ਦੁਨੀਆ ਤੇ ਆਉਂਦੀ ਆ ਤਾਂ ਉਹ ਪਿਆਰ ਲੈ ਕੇ ਆਉਂਦੀ ਆ ਪਰ ਨਫ਼ਰਤ ਈਰਖਾ ਇੱਕ ਦੂਸਰੇ ਨੂੰ ਕੁਚਲ ਕੇ ਅੱਗੇ ਲੰਘਣਾ ਇਹ ਅਸੀਂ ਇਸ ਦੁਨੀਆ 'ਚ ਰਹਿ ਕੇ ਸਿੱਖਦੇ ਆਂ ਸੌਰੀ ਟੂ ਸੇ ਅੱਜ ਜੇ ਕਿਸੇ ਦੇ ਘਰ ਬੱਚਾ ਭੋਲਾ ਹੋਵੇ ਤਾਂ ਸਿਖਾਇਆ ਜਾਂਦਾ ਕਿ ਇਹਨੂੰ ਥੋੜਾ ਜਿਹਾ ਯਾਰ ਸ਼ਾਤਰ ਬਣਾਓ ਦੁਨੀਆ ਮਿੱਤ ਕੇ ਲੰਘ ਜੂਗੀ ਅਸੀਂ ਖੁਦ ਉਹਦਾ ਭੋਲਾਪਨ ਖਤਮ ਕਰਦੇ ਆ ਸੋ ਦੈਟ ਉਹ ਦੁਨੀਆ ਦੇ ਹਿਸਾਬ ਨਾਲ ਜੀ ਸਕੇ ਫਿਰ ਕੀ ਆ ਜੀ ਉਹ ਦੁਨੀਆ ਤੋਂ ਵੱਖਰਾ ਮੈਨੂੰ ਮੇਰੇ ਘਰ ਦੇ ਕਹਿੰਦੇ ਹੁੰਦੇ ਸੀ ਥੋੜਾ ਤੇਜ ਬਣ ਥੋੜਾ ਤੇਜ ਬਣ ਮੇਰਾ ਨਾਮ ਵੀ ਤੇਜਵੀਰ ਰੱਖਿਆ ਪਰ ਮੈਂ ਹੋ ਨਹੀਂ ਸਕਿਆ ਪਰ ਗੱਲ ਇਹ ਆ ਕਿ ਜੇ ਤੁਸੀਂ ਵੱਖਰੇ ਹੋ ਆਓ ਤੁਸੀਂ ਦੇ ਉੱਤੇ ਮਾਣ ਕਰੋ ਕਿ ਤੁਸੀਂ ਵੱਖਰੇ ਹੋ ਤੁਸੀਂ ਕੁਝ ਚੰਗਾ ਲੈ ਕੇ ਆਉਣਾ ਚਾਹੁੰਦੇ ਆ ਕੁਝ ਚੰਗਾ ਕਰਨਾ ਚਾਹੁੰਦੇ ਆ ਬੀ ਪ੍ਰਾਊਡ ਆਫ ਥੈਟ ਦੁਨੀਆ ਜਿੱਦਾਂ ਦੀ ਹੈਗੀ ਆ ਉਹਨੂੰ ਰਹਿਣ ਦਿਓ ਆਪਾਂ ਕੀ ਹੋ ਸਕਦੇ ਆ ਇਸ ਤੋਂ ਬਿਹਤਰ ਕਿੱਦਾਂ ਬਣ ਸਕਦੇ ਆ ਲਾਈਫ ਇਜ਼ ਅਬਾਊਟ ਥਿਸ ਸੂਰਜ ਤੋਂ ਖੋ ਕੇ ਸੋਨਾ ਟਿੱਕਾ ਇੱਕ ਬਣਾਵਾ ਮੈਂ ਸੂਰਜ ਤੋਂ ਖੋ ਕੇ ਸੋਨਾ ਟਿੱਕਾ ਇੱਕ ਬਣਾਵਾ ਮੈਂ ਨਗਦੀ ਥਾਂ ਚੰਨ ਨੂੰ ਝੜ ਕੇ ਹੋਰ ਸਜਾਵਾਂ ਮੈਂ ਆਡੀਅנס ਆਡੀਅנס ਹਮੇਸ਼ਾ ਪਿਆਰ ਦਿੰਦੀ ਹੈ ਤੁਸੀਂ ਸਾਰੇ ਇੱਥੇ ਆਏ ਹੋ ਉਸ ਪਿਆਰ ਦੀ ਖਿੱਚ ਕਰਕੇ ਉਸ ਸਾਂਝ ਕਰਕੇ ਹੀ ਆਏ ਹੋ ਤੁਹਾਡਾ ਇੱਕ ਇੱਕ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਜੀ ਮੈਂ ਸਿਰਫ ਇੱਕ ਬੇਨਤੀ ਕਰਨਾ ਚਾਹੁੰਨਾ ਇੱਥੇ ਦੇ ਰਹਿਣ ਵਾਲਿਆਂ ਨੂੰ ਜਾਂ ਇੱਥੇ ਲਾਈਕ ਮੇਰਾ ਵੀਰ ਕੈਵਨ ਹੀ ਇਸ ਬੋਰਨ ਐਂਡ ਪ੍ਰੋਟ ਅਪ ਹੇਅਰ ਪਰ ਉਹਦੀ ਖਾਸ ਗੱਲ ਇਹ ਹੈ ਕਿ ਉਹਨੇ ਆਪਣੇ ਆਪ ਨੂੰ ਪੰਜਾਬੀ ਨਾਲ ਜੋੜ ਕੇ ਰੱਖਿਆ ਆਪਣੇ ਆਪ ਨੂੰ ਆਪਣੀਆਂ ਰੂਟਸ ਤੋਂ ਵੱਖਰਾ ਨਹੀਂ ਕੀਤਾ ਐਂਡ ਦਿਸ ਇਜ਼ ਵਾਈ ਆਮ ਵਿਦ ਹਿਮ ਬਿਕਾਜ਼ ਮੇਰੇ ਕੋਲ ਬਹੁਤ ਸਾਰੇ ਆਪਸ਼ਨਸ ਸੀਗੇ ਜਦੋਂ ਅਸੀਂ ਇੱਥੇ ਆਏ ਕਿ ਤੁਸੀਂ ਇੱਥੇ ਟੂਰ ਕਰ ਸਕਦੇ ਆਹ ਬੰਦੇ ਨਾਲ ਕਰ ਸਕਦੇ ਆਹ ਬੰਦੇ ਨਾਲ ਕਰ ਸਕਦੇ ਆ ਪਰ ਆਫਲ ਸੋ ਗੁੱਡ ਜਦੋਂ ਮੈਂ ਕੈਵਨ ਨੂੰ ਮਿਲਿਆ ਉਹ ਮੇਰੇ ਭਰਾ ਵਾਂਗੂ ਆ ਔਰ ਉਹਦੇ ਦਿਲ ਦੇ ਵਿੱਚ ਬਹੁਤ ਖੂਬਸੂਰਤ ਇਮੋਸ਼ਨਸ ਨੇ ਪੰਜਾਬ ਨੂੰ ਲੈ ਕੇ ਅਸੀਂ ਜਿਸ ਮੁਲਕ ਦੇ ਵਿੱਚ ਰਹਿੰਦੇ ਆ ਇਹਨਾਂ ਦੀ ਇੱਕ ਨੀਤੀ ਰਹੀ ਹੈ ਹਮੇਸ਼ਾ ਕਿ ਜੇ ਕਿਸੇ ਮੁਲਕ ਦੇ ਉੱਤੇ ਤੁਸੀਂ ਕੰਟਰੋਲ ਕਰਨਾ ਚਾਹੁੰਦੇ ਆ ਤੇ ਸਭ ਤੋਂ ਪਹਿਲਾਂ ਉੱਥੇ ਦਾ ਐਜੂਕੇਸ਼ਨ ਸਿਸਟਮ ਤੋੜ ਦਿਓ ਲੋਕਾਂ ਨੂੰ ਲੈਂਗੁਏਜ ਦੇ ਨਾਲੋਂ ਤੋੜੋ ਉਹਦੇ ਨਾਲ ਪਤਾ ਕੀ ਹੁੰਦਾ ਅਸੀਂ ਆਪਣੇ ਗ੍ਰੰਥ ਤੋਂ ਟੁੱਟ ਜਾਂਦੇ ਆ ਮੇਰੇ ਦਾਦਾ ਜੀ ਨੇ ਉਰਦੂ ਪੜ੍ਹੀ ਸੀ ਫਾਰਸੀ ਪੜ੍ਹੀ ਸੀ ਸੰਸਕ੍ਰਿਤ ਦੇ ਗਿਆਨੀ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਵੀ ਉਹ ਪੜ੍ਹਦੇ ਸੀ ਉਹਨਾਂ ਨੂੰ ਸਮਝਣ ਵਾਸਤੇ ਭਾਈ ਸਾਹਿਬ ਦੀ ਲੋੜ ਨਹੀਂ ਪੈਂਦੀ ਸੀ ਮਾਫ ਕਰਿਓ ਅੱਜ ਅਸੀਂ ਸਾਰੇ ਡਿਪੈਂਡੈਂਟ ਆ ਅਗਲੀ ਗੱਲ ਇਹ ਕਿ ਅਸੀਂ ਜਦੋਂ ਗੁਰਦੁਆਰਾ ਸਾਹਿਬ ਚੋਂ ਮੱਥਾ ਟੇਕ ਕੇ ਨਿਕਲਦੇ ਆ ਓਨੈਸਟਲੀ ਦੱਸਿਓ ਕਿੰਨੇ ਲੋਕ ਹਾਂ ਅਸੀਂ ਜਿਹੜੇ ਹੁਕਮਨਾਮਾ ਸਾਹਿਬ ਪੜ੍ਹ ਕੇ ਨਿਕਲਦੇ ਆ ਤੇ ਔਰ ਕੋਸ਼ਿਸ਼ ਕਰਦੇ ਆ ਕਿ ਹਾਂ ਇਸ ਹੁਕਮਨਾਮਾ ਸਾਹਿਬ ਦੇ ਮਕਸਦ ਅਕੋਰਡਿੰਗਲੀ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਕੇ ਆਵਾਂਗੇ ਸਾਡਾ ਟਰੂ ਮਤਲਬ ਤਾਂ ਇਹੀ ਆ ਨਾ ਗੁਰਦੁਆਰਾ ਸਾਹਿਬ ਜਾਣਦਾ ਪਰ ਅਸੀਂ ਸਾਰੇ ਪਤਾ ਕੀ ਕਰਨ ਜਾਣੇ ਆ ਮੈਂ ਤੁਹਾਨੂੰ ਗਾ ਕੇ ਦੱਸਦਾ ਮੈਂ ਵੀ ਉਹਨਾਂ ਚੋਂ ਇੱਕ ਆ ਤੀਸਰਾ ਗਾ ਜਦ ਵੀ ਆਇਆ ਨਵੀਂ ਕੋਈ ਫਰਮੈਸ਼ ਨੇ ਆਇਆ ਪੂਰੀ ਕਰਦੇ ਦਾਤਾ ਹੋਰ ਇੱਕ ਖਾਇਸ਼ ਲਿਆ ਆਇਆ ਜਦ ਵੀ ਆਇਆ ਨਵੀਂ ਕੋਈ ਫਰਮਾਇਸ਼ ਨੇ ਆਇਆ ਪੂਰੀ ਕਰਦੇ ਦਾਤਾ ਹੋਰ ਇੱਕ ਖਾਹਿਸ਼ ਲਿਆ ਆ ਰਤੀ ਪਰ ਵੀ ਹੁੰਦਾ ਸ਼ੁਕਰ ਗੁਜ਼ਾਰ ਨਹੀਂ ਰੱਬਾ ਵੇ ਮਹਾਂ ਲੋੜਾਂ ਦਾ ਯਾਰ ਤੇਰਾ ਯਾ main ha loṛa da yaar tera yaar nahi reh pa main thank you to see your likhya lyrics were out in songs before you were taking the main stage of singing but let's go back let's hear about your childhood tusse <laughs> <laughs> apne bachpana <laughs> bare sanu <sí> <laughs> dasso <laughs> zarur main taqreeban 6.5 saal da siga jado pehli var school ch gaya siga after that chalde chalde main 6vi 7vi ch siga mam is gal de gawah baithe ne ke hamesha main school de competitions <laughs> functions <laughs> de vich participate karda rehnda hunda siga and then 6vi de vich mera ek friend siga gurender ਉਹਦੇ ਨਾਲ ਕਿਸੇ ਗੱਲੋਂ ਮੇਰੀ ਲੜਾਈ ਹੋਈ ਸੀਗੀ ਸੋ ਉਹ ਲੜਾਈ ਦਾ ਫਾਲ ਸਰੂਪ ਮੈਂ ਉਹਦੇ ਤੇ ਗੁੱਸਾ ਕੱਢਣਾ ਚਾਹੁੰਦਾ ਸੀ ਆਪਣਾ ਪਰ ਮੈਂ ਉਹਨੂੰ ਮੂੰਹ ਤੇ ਕੁਝ ਨਹੀਂ ਕਿਹਾ ਇੱਕ ਗਾਣਾ ਲਿਖਿਆ ਸੀ ਇੱਕ ਪੁਰਾਣਾ ਹਿੰਦੀ ਗਾਣਾ ਹੁੰਦਾ ਸੀ ਦੋਸਤ ਦੋਸਤ ਨਾ ਰਹਾ ਪਿਆਰ ਪਿਆਰ ਨਾ ਰਹਾ ਸੋ ਮੈਂ ਉਹਨੂੰ ਪੰਜਾਬੀ ਚ ਟ੍ਰਾਂਸਲੇਟ ਕਰ ਲਿਆ ਸੀਗਾ ਉਹਦੇ ਜਿਹੜੇ ਅੰਤਰੇ ਸੀਗੇ ਉਹ ਮੈਂ ਆਪਣੇ ਹਿਸਾਬ ਨਾਲ ਜੋ ਮੈਨੂੰ ਗੁੱਸਾ ਸੀ ਉਹਦੇ ਤੇ ਉਹ ਸਾਰਾ ਕੱਢਿਆ ਐਂਡ ਜਦੋਂ ਮੈਂ ਉਹਨੂੰ ਅਗਲੇ ਦਿਨ ਹੈਂਡ ਓਵਰ ਕੀਤਾ ਸੀਗਾ ਤੇ ਉਹ ਪੜ ਕੇ ਰੋਣ ਲੱਗ ਗਿਆ ਮੈਂ ਹੱਸਣ ਲੱਗ ਗਿਆ ਤੇ ਰੋਣ ਲੱਗ ਗਿਆ ਤੇ ਕਹਿੰਦਾ ਕਿ ਯਾਰ ਤੂੰ ਬਹੁਤ ਕੁਝ ਕਹਿਤਾ ਮੈਂ ਕਿਹਾ ਮੈਂ ਤਾਂ ਆਪਣੇ ਵੱਲ ਕੋਲੋਲ ਜੀ ਕੀਤੀ ਸੀ ਤੇ ਤੂੰ ਇੰਨਾ ਇਮੋਸ਼ਨਲ ਹੋ ਗਿਆ ਕਹਿੰਦਾ ਨਹੀਂ ਪਰ ਤੈਨੂੰ ਲਿਖਣਾ ਚਾਹੀਦਾ ਸੋ ਉਹ ਪਹਿਲੀ ਵਾਰੀ ਸੀ ਕਿ ਮੈਨੂੰ ਲੱਗਿਆ ਕਿ ਆਈ ਸ਼ੁੱਡ ਰਾਈਟ ਉਸ ਤੋਂ ਬਾਅਦ ਲਿਖਤਾ ਰਿਹਾ ਸੀ ਕਿ ਪਰ ਜਿੱਦਾਂ ਸਹੀ ਡਾਇਰੈਕਸ਼ਨ ਨਹੀਂ ਸੀ ਸਹੀ ਵਿਜ਼ਨ ਨਹੀਂ ਸੀਗਾ ਮੇਰੇ ਕੋਲੇ ਤੇ ਆਈ ਵਾਸ ਇਨ 12th uh, 2008 ਜਦੋਂ ਮਾਤਾ ਜੀ ਇਹ ਕਾਲ ਚਲਾਣਾ ਕਰ ਗਏ ਸੋ ਮੰਮੀ ਦੇ ਜਾਣ ਤੋਂ ਬਾਅਦ ਜਦੋਂ ਦਿਮਾਗ ਦੇ ਵਿੱਚ ਬੜੀ ਤਰ੍ਹਾਂ ਦੀਆਂ ਚੀਜ਼ਾਂ ਬਦਲੀਆਂ ਮੋਸਟ ਲਾਈਕਲੀ ਜਦਾਂ ਜ਼ਿੰਦਗੀ ਨੂੰ ਲੈ ਕੇ ਜਿਹੜਾ ਇੱਕ ਵਿਜ਼ਨ ਹੁੰਦਾ ਤੁਹਾਡਾ ਉਹ ਚੇਂਜ ਹੁੰਦਾ ਪਹਿਲਾਂ ਤੁਸੀਂ ਇੱਕ ਕੀ ਕਹਿ ਸਕਦੇ ਆ ਕਿ ਹਵਾ ਵਾਂਗ ਉੱਡਦੇ ਫਿਰਦੇ ਹੁੰਨੇ ਆ ਹੈਨਾ ਤੁਸੀਂ ਜ਼ਿੰਦਗੀ ਦੀ ਉਸ ਸੀਰੀਅਸਨੈਸ ਨੂੰ ਉਸ ਸੰਜੀਦਗੀ ਨੂੰ ਸਮਝ ਨਹੀਂ ਪਾਉਂਦੇ ਪਰ ਜਦੋਂ ਤੁਸੀਂ ਕਿਸੇ ਆਪਣੇ ਦਾ ਜਾਣਾ ਦੇਖਦੇ ਆ ਇੰਨਾ ਕੋਲੋਂ ਫਿਰ ਤੁਹਾਨੂੰ ਪਤਾ ਲੱਗਦਾ ਕਿ হো 왓 ਇਜ਼ ਲਾਈਫ ਅਬਾਊਟ ਔਰ ਲਾਈਫ ਐਟ ਦ ਸੇਮ ਮੂਮੈਂਟ ਕਿੰਨੀ ਸੋਹਣੀ ਆ ਮੇਰੀ ਮਾਂ ਨੇ ਮੈਨੂੰ ਇਹ ਸਿਖਾਇਆ ਸੀ ਕਿ ਜੇ ਮੈਂ ਚਲ ਜੂੰਗੀ ਉਸ ਚੀਜ਼ ਤੇ ਦੁਖੀ ਨਹੀਂ ਹੋਣਾ ਇਸ ਚੀਜ਼ ਤੇ ਖੁਸ਼ ਹੋਣਾ ਕਿ ਤੇਰੇ ਕੋਲ ਮੌਕਾ ਹੈਗਾ ਸੋਮ ਸਿਟਿੰਗ ਹੇਅਰ ਇਨ ਫਰੰਟ ਆਫ ਯੂ ਸੈਲੀਬ੍ਰੇਟਿੰਗ ਦ ਲਾਈਫ ਸੈਲੀਬ੍ਰੇਟਿੰਗ ਦ ਇਨਸੀਡੈਂਟਸ ਦੈਟ ਟੁਕ ਪਲੇਸ ਇਨ ਮਾਈ ਲਾਈਫ ਐਂਡ ਕੋਈ ਰਿਗਰੈਟਸ ਨਹੀਂ ਆ ਖੁਸ਼ ਆ ਖੁਸ਼ੀ ਵੰਡਣਾ ਆ ਤਾਂ ਤੁਹਾਡੇ ਨਾਲ ਬੈਠਾ ਆ ਸੋ ਲੈਟਸ ਫਾਸਟ ਫੋਰਵਰਡ ਜੀ ਵੈਲਕਮ ਤੁਸੀਂ ਸਾਨੂੰ ਆਪਣੇ ਪਹਿਲੇ ਗੀਤ ਬਾਰੇ ਦੱਸੋ ਨਾ ਨਾ ਛੇ ਤੁਹਾਡੇ ਬੱਚੇ ਮਨੱਚੇਗਾ ਉਸਨੂੰ ਹੋਂਜੋਗ ਹੈ ਵੀ ਨਹੀਂ ਮੇਰੀ ਆਪਣੀ ਹਾਸਾ ਨਿਕਲ ਰਿਹਾ ਫਰਸਟ ਹਿਟ ਇਨ ਦੀ ਇੰਡਸਟਰੀ ਮੇਰਾ ਪਹਿਲਾ ਗੀਤ ਸੀਗਾ ਤਾਰਿਆਂ ਦੀ ਲੋਏ ਐਂਡ ਮੈਂ ਗਾ ਕੇ ਵੀ ਸੁਣਾਵਾਂਗਾ ਐਂਡ ਸਪੈਸ਼ਲੀ ਯੂਕੇ ਦੇ ਵਿੱਚ ਉਹਨੂੰ ਬਹੁਤ ਪਿਆਰ ਮਿਲਿਆ ਸੀਗਾ ਮੈਂ ਐਕਸਪੈਕਟ ਨਹੀਂ ਕਰਦਾ ਸੀ ਮੈਂ ਤਾਂ ਇੰਡੀਅਨ ਮਾਰਕੀਟ 'ਚ ਬੈਠਾ ਸੀਗਾ ਉਧਰ ਦੇ ਸਾਬ ਨਾਲ ਕੰਮ ਕਰਨ ਬਾਰੇ ਸੋਚ ਰਿਹਾ ਸੀਗਾ ਬਟ ਸਡਨਲੀ ਆਈ ਗਾਟ ਟੂ ਨੋ ਕਿ ਉਹ ਬੀਬੀਸੀ ਚਾਰਟ ਤੇ ਚੱਲ ਰਿਹਾ ਗਾਣਾ ਇਟ ਵਾਸ ਔਨ ਨੰਬਰ 3 2013 ਇਧਰ ਦੇ ਕਾਫੀ ਡੀਜੇਜ਼ ਨੇ ਯੂਜ਼ ਕੀਤਾ ਤੇ ਮੇਰੇ ਲਈ ਉਹ ਬਹੁਤ ਮੈਸਿਵ ਸੀਗਾ ਰਿਸਪੌਂਸ ਮੈਂ ਉਹ ਗਾਣਾ ਹੁਣ ਤੁਹਾਨੂੰ ਗਾ ਕੇ ਸੁਣਾਉਣਾ ਤੀਸਰੇ ਦੀਦ ਤੇਰੀ ਨੂੰ ਚੰਨਾ ਤਰਸਣ ਨੈਣ ਵੇ ਰੁਕ ਦੇ ਨਾ ਹੁਣ ਤਾਂ ਏ ਪਲ ਪਲ ਨੈਣ ਵੇ ਚੰਦ ਰਾਏ ਦਿਲ ਮੇਰਾ ਕਿਤੇ ਨਾ ਖਲੋਏ ਆ ਮਿਲ ਚੰਨਾ ਕਦੀ ਤਾਰਿਆਂ ਦੀ ਲੋਏ ਆ ਮਿਲ ਚੰਨਾ